सॉरी सॉरी, अभी मैंने देखा भी नहीं है अंदर फंक्शन सर क्या है। फंक्शन में अभी तो क्या हो रहा है, क्या नहीं हो रहा। आई विल नॉट गिव बाइट। दिवस मना रहे हैं, दिवस बता देते हैं। आई भाई नहीं देना अभी बाइट। मैंने भाजी कोई गल। ਮੋਹਾਲੀ ਦੇ ਪਿੰਡ ਸੋਹਾਣਾ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਿੰਡ ਸੋਹਾਣਾ ਦੇ ਇੱਕ ਨਿੱਜੀ ਕਾਲਜ ਦੇ ਆਡੀਟੋਰੀਅਮ ਵਿੱਚ ਮਨਾਇਆ ਜਾ ਰਿਹਾ ਰਾਸ਼ਟਰੀ ਆਯੁਰਵੈਦਿਕ ਦਿਹਾੜੇ ਦੇ ਮੌਕੇ 11 ਵਜੇ ਦਾ ਸਮੇਂ ਦੇ ਕੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਪ੍ਰੋਗਰਾਮ ਵਿੱਚ ਸਮੇਂ ਸਿਰ ਨਹੀਂ ਪਹੁੰਚੇ ਅਤੇ ਉਹਨਾਂ ਨੇ ਪ੍ਰੋਗਰਾਮ ਵਿੱਚ ਆਪਣੀ ਜਗ੍ਹਾ ਸੀਨੀਅਰ IAS ਅਧਿਕਾਰੀ DK ਤਿਵਾੜੀ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਭੇਜ ਦਿੱਤਾ। ਮੰਤਰੀ ਜੀ ਦੇ ਪ੍ਰੋਗਰਾਮ ਵਿੱਚ ਨਾ ਆਉਣ ਅਤੇ ਖੁਦ ਦਾ ਪ੍ਰੋਗਰਾਮ ਵਿੱਚ 2 ਘੰਟੇ ਲੇਟ ਆਉਣ ਤੇ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਤੇ ਤਿਵਾੜੀ ਮੀਡੀਆ ਦੇ ਨਾਲ ਉਲਝ ਗਏ। ਇਹ ਸਾਰਾ ਮਾਮਲਾ ਕੈਮਰੇ ਵਿੱਚ ਕੈਦ ਹੋ ਗਿਆ। ਇੱਕ ਸੀਨੀਅਰ IAS ਅਧਿਕਾਰੀ ਦੀ ਮੀਡੀਆ ਨਾਲ ਇਸ ਤਰ੍ਹਾਂ ਗੱਲਬਾਤ ਕਰਨ ਦੇ ਤਰੀਕੇ ਨੂੰ ਦੇਖ ਕੇ ਸਾਰੇ ਹੀ ਹੈਰਾਨ ਹੋ ਗਏ ਅਤੇ ਸਾਰੀ ਮੀਡੀਆ ਨੇ ਇਸ ਪ੍ਰੋਗਰਾਮ ਦਾ ਬਾਈਕਾਟ ਕਰ ਦਿੱਤਾ ਅਤੇ ਅੱਧ ਵਿਚਕਾਰ ਹੀ ਇਸ ਪ੍ਰੋਗਰਾਮ ਦੀ ਕਵਰੇਜ ਵੀ ਬੰਦ ਕਰ ਦਿੱਤੀ। ਮੇਰਾ ਨਾਮ ਡਾਕਟਰ ਰਕੇਸ਼ ਸ਼ਰਮਾ, ਮੈਂ ਡਾਇਰੈਕਟਰ ਕਮ ਚੇਅਰਮੈਨ ਆਯੁਰਵੇਦ ਵਿਭਾਗ ਪੰਜਾਬ। ਸਰ ਅੱਜ ਜਿਹੜਾ ਇਹ ਮਨਾਇਆ ਜਾ ਰਿਹਾ, ਦੱਸੋਗੇ ਕਿਸ ਤੋਂ ਬੰਦ ਕਰਨ ਦਾ ਆਇਆ? ਅੱਜ ਜਿਹੜਾ ਹੈ ਭਾਰਤ ਸਰਕਾਰ ਵੱਲੋਂ 4 ਸਾਲ ਪਹਿਲਾਂ ਅੱਜ ਦੇ ਧਨਤੇਰਸ ਦੇ ਦਿਵਸ ਨੂੰ ਆਯੁਰਵੇਦ ਡੇ ਕਰਕੇ, ਨੈਸ਼ਨਲ ਆਯੁਰਵੇਦ ਦਿਵਸ ਕਰਕੇ ਜਿਹੜਾ ਹੈ ਘੋਸ਼ਿਤ ਕੀਤਾ ਹੈ। ਔਰ ਭਾਰਤ ਸਰਕਾਰ ਜਿਹੜੀ ਹੈ ਹਰ ਨੈਸ਼ਨਲ ਆਯੁਰਵੇਦ ਦਿਵਸ 'ਤੇ ਇੱਕ ਥੀਮ ਦਿੰਦੀ ਹੈ ਜਿਹਨੂੰ ਆਪਾਂ ਨੇ ਸਟੇਟ ਨੇ ਰਾਜ ਨੇ ਇੰਪਲੀਮੈਂਟ ਕਰਨਾ ਹੁੰਦਾ ਹੈ। ਇਸ ਸਾਲ ਦੀ ਥੀਮ ਜਿਹੜੀ ਹੈ ਆਯੁਰਵੇਦ ਕੀ ਦੌੜ ਸਵਸਥ ਕੀ ਔਰ, ਯਾਨੀ ਇਹਦਾ ਭਾਵ ਅਰਥ ਇਹ ਹੈ ਵੀ ਆਯੁਰਵੇਦ 'ਚ ਜਿੰਨੇ ਵੀ ਤਰ੍ਹਾਂ ਦੇ ਖਾਣ ਪਾਨ ਦੱਸੇ ਹੈ ਔਰ ਜਿਨ੍ਹਾਂ ਨਾਲ ਬਿਮਾਰੀਆਂ ਨਹੀਂ ਹੁੰਦੀਆਂ, ਉਹਨਾਂ ਚੀਜ਼ਾਂ ਨੂੰ ਆਪਾਂ ਨੇ ਪਿੰਡ ਪਿੰਡ ਤੱਕ ਲੈ ਕੇ ਜਾਣਾ ਹੈ ਔਰ ਲੋਕ ਬਿਮਾਰੀ ਨਾ ਪੈਣ, ਇਹ ਉਹਨਾਂ ਨੂੰ ਚੇਤਨਤਾ ਪੈਦਾ ਕਰਨੀ ਹੈ। ਜਿਵੇਂ ਆਯੁਰਵੇਦ ਦੱਸਿਆ ਵੀ ਸਵੇਰੇ ਬ੍ਰਹਮ ਮੁਹੂਰਤ 'ਚ ਨੇ ਸੂਰਿਆ ਉਦੇ ਤੋਂ 1 ਘੰਟਾ ਪਹਿਲਾਂ ਉੱਠਣਾ, ਉਸ ਤੋਂ ਬਾਅਦ ਦੰਤ ਇਤਿਆਦੀ ਜਿਹੜਾ ਹਿਸਾਬ ਕਰਨੇ, ਫਿਰ ਅੱਖ 'ਚ ਅੰਜਨ ਪਾਉਣਾ, ਕੰਨ 'ਚ ਤੇਲ ਪਾਉਣਾ, ਨੱਕ 'ਚ ਤੇਲ ਲਗਾਉਣਾ, ਲਗਾ ਕੇ ਨਹਾ ਕੇ ਧੋ ਕੇ ਬਾਅਦ 'ਚ ਅੱਛਾ ਹੈਵੀ ਆਪਣਾ ਜਿਹੜਾ ਹੈ ਖਾਣ ਪਾਨ ਬ੍ਰੇਕਫਾਸਟ ਜਿਹਨੂੰ ਅੱਜ ਦੀ ਉਹਦੇ 'ਚ ਕਹਿੰਦੇ ਹਾਂ ਕਰ ਲੈਣਾ, ਫਿਰ ਆਪਣਾ ਰੂਟੀਨ ਕੰਮ ਕਰਨਾ, ਐਕਸਰਸਾਈਜ਼ ਪੂਰੀ ਕਰਨਾ ਔਰ ਲਿਮਿਟਿਡ ਜਿਹੜਾ ਹੈ ਖਾਣਾ ਉਹ ਜਿਹੜਾ ਰੱਖਣਾ। ਇਸ ਤਰ੍ਹਾਂ ਹੀ ਜਿਹੜੀ ਨੀਂਦ ਹੈ 6 ਤੋਂ 8 ਘੰਟੇ ਲੈਣੀ ਬੜੀ ਜ਼ਰੂਰੀ ਹੈ ਔਰ ਇਸ ਨੀਂਦ ਨਾਲ ਬੰਦਾ ਜਿਹੜਾ ਹੈ ਬਿਮਾਰੀ ਨਹੀਂ ਹੁੰਦਾ। ਇਸ ਤਰ੍ਹਾਂ ਹੀ ਸਾਡੇ ਜਿਹੜੇ ਡਿਸਿਪਲਿਨ ਹੈ ਜਿਹਨੂੰ ਬ੍ਰਹਮਚਰਿਆ ਕਿਹਾ, ਤਾਂ ਬ੍ਰਹਮਚਰਿਆ ਦਾ ਵੀ ਜਿਹੜਾ ਕੰਮ ਹੈ ਉਹਦਾ ਇਹ ਹੈ ਵੀ ਸਾਡੀ ਜਿਹੜੀ ਹੈਬਿਟਸ ਹੈ, ਚੰਗੀਆਂ ਆਦਤਾਂ ਸਾਨੂੰ ਹੋਣੀਆਂ ਚਾਹੀਦੀਆਂ, ਚੰਗੇ ਸਾਡੇ ਵਿਚਾਰ ਹੋਣੇ ਚਾਹੀਦੇ ਹੈ, ਚੰਗੇ ਵਿਚਾਰਾਂ ਨਾਲ ਚੰਗੀਆਂ ਆਦਤਾਂ ਨਾਲ ਜਿਹੜੀ ਮਾਨਸਿਕ ਬਿਮਾਰੀਆਂ ਉਹ ਨਹੀਂ ਲੱਗਣਗੀਆਂ। ਇਸ ਤਰ੍ਹਾਂ ਹੀ ਰੈਗੂਲਰ ਯੋਗ ਕਰਨਾ ਚਾਹੀਦਾ, ਯੋਗ ਕਰਕੇ ਮਾਨਸਿਕ ਜਿਹੜੇ ਰੋਗ ਹੈ ਉਹਨਾਂ ਤੋਂ ਬਚਿਆ ਜਾ ਸਕਦਾ। ਸਰ ਸਾਡੇ ਸਾਰੇ ਜਿਹੜੇ ਮਹਿਕਮੇ ਆ ਉਹਨੂੰ ਇੰਪਲੀਮੈਂਟ ਕਰਨਗੇ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ। ਥੈਂਕ ਯੂ। A1 ਪੰਜਾਬੀ TV ਦੀ ਮੋਹਾਲੀ ਤੋਂ ਜਤਿੰਦਰ ਸੱਭਰਵਾਲ ਦੀ ਰਿਪੋਰਟ।